ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਪੰਜਾਬੀ ਫੂਡ ਐਂਡ ਕੁਕਿੰਗ ਦੇ ਵਿੱਚ। ਅੱਜ ਅਸੀਂ ਬਣਾਵਾਂਗੇ ਵੈਜੀਟੇਬਲ ਫਰਾਈਡ ਰਾਈਸ, ਜਿਹੜੇ ਕਿ ਤੁਸੀਂ ਘਰ ਵਿੱਚ ਬਹੁਤ ਹੀ ਆਸਾਨੀ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਅਤੇ ਬਹੁਤ ਹੀ ਟੇਸਟੀ ਵੀ ਹੁੰਦੇ ਨੇ, ਸਾਰਿਆਂ ਨੂੰ ਬਹੁਤ ਪਸੰਦ ਆਉਂਦੇ ਨੇ। ਚਲੋ ਫਿਰ ਬਣਾਉਣਾ ਸ਼ੁਰੂ ਕਰਦੇ ਹਾਂ। ਹਾਂਜੀ, ਫਰਾਈਡ ਰਾਈਸ ਬਣਾਉਣ ਦੇ ਲਈ ਮੈਂ ਲਈ ਆ ਬੰਦ ਗੋਭੀ, ਇਹਨੂੰ ਆਪਾਂ ਇਸ ਤਰ੍ਹਾਂ ਬਰੀਕ ਕੱਟ ਲਵਾਂਗੇ। ਅਤੇ ਗਾਜਰਾਂ ਲਈਆਂ ਮੈਂ, ਇਹਨਾਂ ਨੂੰ ਵੀ ਆਪਾਂ ਬਰੀਕ ਬਰੀਕ ਕੱਟ ਲਵਾਂਗੇ, ਲੰਬਾ ਬਰੀਕ ਕੱਟ ਲਵਾਂਗੇ ਇੱਦਾਂ ਪਤਲੇ ਪਤਲੇ ਸਲਾਈਸ ਦੇ ਵਿੱਚ। ਗੋਭੀ ਲਈ ਆ, ਇਹਨੂੰ ਵੀ ਆਪਾਂ ਕੱਟ ਲਵਾਂਗੇ, ਛੋਟੇ ਛੋਟੇ ਸਾਈਜ਼ 'ਚ ਕੱਟਾਂਗੇ ਆਪਾਂ। ਅਤੇ ਪਿਆਜ਼ ਲਏ ਆ, ਪਿਆਜ਼ ਨੂੰ ਵੀ ਆਪਾਂ ਕੱਟ ਲਵਾਂਗੇ ਲੰਬਾ ਲੰਬਾ। ਅਤੇ ਥੋੜ੍ਹੇ ਜਿਹੇ ਮੈਂ ਹਰੇ ਪਿਆਜ਼ ਲਏ ਆ, ਇਹਨਾਂ ਨੂੰ ਵੀ ਆਪਾਂ ਕੱਟ ਲਵਾਂਗੇ। ਤੁਸੀਂ ਇਕੱਲਾ ਦੂਜਾ ਪਿਆਜ਼ ਵੀ ਲੈ ਸਕਦੇ ਹੋ ਜੇ ਤੁਹਾਡੇ ਕੋਲ ਹਰੇ ਪਿਆਜ਼ ਨਹੀਂ ਆ ਤਾਂ। ਸ਼ਿਮਲਾ ਮਿਰਚ ਲਈ ਆ ਇੱਕ, ਇਹਨੂੰ ਵੀ ਆਪਾਂ ਬਰੀਕ ਕੱਟ ਲਵਾਂਗੇ। ਇੱਕ ਟਮਾਟਰ ਲਿਆ ਆ, ਇਹਨੂੰ ਵੀ ਬਰੀਕ ਕੱਟ ਲਵਾਂਗੇ। ਸਾਰੀਆਂ ਸਬਜ਼ੀਆਂ ਆਪਾਂ ਕੱਟ ਲਈਆਂ ਨੇ। ਅਤੇ ਹਰੇ ਮਟਰ ਲਏ ਨੇ ਮੈਂ। ਚਲੋ ਫਿਰ ਹੁਣ ਅਸੀਂ ਬਣਾਉਂਦੇ ਹਾਂ। ਇੱਕ ਗਲਾਸ ਚਾਵਲ ਦਾ ਇਹਨਾਂ ਨੂੰ ਬੋਇਲ ਕੀਤਾ ਹੋਇਆ, ਇਹ ਤੁਸੀਂ ਪਹਿਲਾਂ ਹੀ ਬੋਇਲ ਕਰਕੇ ਰੱਖ ਲਓ। ਜੇਕਰ ਤੁਹਾਡੇ ਕੋਲ ਬਚੇ ਹੋਏ ਚਾਵਲ ਹੈ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ। ਫਰਾਈਡ ਰਾਈਸ ਬਣਾਉਣ ਦੇ ਲਈ ਇੱਕ ਪੈਨ ਦੇ ਵਿੱਚ ਇੱਕ ਵੱਡਾ ਚਮਚ ਆਇਲ ਦਾ ਲਿਆ। ਉਹ ਆਇਲ ਗਰਮ ਹੋਣ ਤੋਂ ਬਾਅਦ ਉਹਦੇ ਵਿੱਚ ਤੁਸੀਂ ਪਿਆਜ਼ ਐਡ ਕਰ ਦਿਓ, ਹਰੇ ਵੀ ਅਤੇ ਦੂਜੇ ਵੀ। ਥੋੜ੍ਹੇ ਜਿਹੜੇ ਹਰਾ ਪਿਆਜ਼ ਹੈ, ਸਪਰਿੰਗ ਅਨੀਅਨ, ਉਹਨੂੰ ਥੋੜ੍ਹਾ ਜਿਹਾ ਗਾਰਨਿਸ਼ ਦੇ ਲਈ ਬਚਾ ਕੇ ਰੱਖ ਲਓ। ਉਸ ਤੋਂ ਬਾਅਦ ਹੁਣ ਇਹਦੇ ਵਿੱਚ ਗਾਜਰ ਅਤੇ ਗੋਭੀ ਐਡ ਕਰ ਦਾਂਗੇ। ਅਤੇ ਨਾਲ ਹੀ ਇਹਦੇ 'ਚ ਹਰੇ ਮਟਰ ਐਡ ਕਰ ਦੇਵਾਂਗੇ। ਇਹਨਾਂ ਨੂੰ ਇੱਕ ਦੋ ਮਿੰਟ ਦੇ ਲਈ ਇਸ ਤਰ੍ਹਾਂ ਤੁਸੀਂ ਭੁੰਨ ਲਓ। ਹੁਣ ਇਹਦੇ ਵਿੱਚ ਸ਼ਿਮਲਾ ਮਿਰਚ ਐਡ ਕਰ ਦਿਓ। ਇਹਨੂੰ ਵੀ ਇੱਕ ਦੋ ਮਿੰਟ ਦੇ ਲਈ ਇਹਦੇ ਨਾਲ ਹੀ ਇਸ ਤਰ੍ਹਾਂ ਭੁੰਨ ਲਓ। ਬੰਦ ਗੋਭੀ ਆ ਜਿਹੜੀ ਉਹ ਆਪਾਂ ਬਾਅਦ 'ਚ ਐਡ ਕਰਾਂਗੇ, ਕਿਉਂਕਿ ਉਹ ਜਲਦੀ ਪੱਕ ਜਾਂਦੀ ਆ। ਜਿਹੜੀ ਗੋਭੀ, ਫੁੱਲ ਗੋਭੀ ਅਤੇ ਗਾਜਰਾਂ, ਇਹਨਾਂ ਨੂੰ ਥੋੜ੍ਹਾ ਟਾਈਮ ਲੱਗਦਾ ਪੱਕਣ ਨੂੰ। ਹੁਣ ਆਪਾਂ ਇਹ ਜਿਹੜੀਆਂ ਸਬਜ਼ੀਆਂ, ਇਹਨਾਂ ਨੂੰ ਇੱਕ ਦੋ ਮਿੰਟ ਲਈ ਢੱਕ ਕੇ ਪਕਾ ਲਵਾਂਗੇ। ਸਬਜ਼ੀਆਂ ਸਾਡੀਆਂ ਪੱਕ ਗਈਆਂ ਨੇ। ਹੁਣ ਇਹਦੇ ਵਿੱਚ ਹਰੀ ਮਿਰਚ ਐਡ ਕਰ ਦਿਓ, ਆਪਣੇ ਟੇਸਟ ਦੇ ਅਕੋਰਡਿੰਗ, ਜਿੰਨਾ ਕੁ ਤੁਸੀਂ ਤਿੱਖਾ ਖਾਣਾ ਪਸੰਦ ਕਰਦੇ ਹੋ। ਜੇ ਨਹੀਂ ਤਿੱਖਾ ਖਾਣਾ ਪਸੰਦ ਕਰਦੇ ਤਾਂ ਹਰੀ ਮਿਰਚ ਨੂੰ ਸਕਿੱਪ ਕਰ ਸਕਦੇ ਹੋ। ਹੁਣ ਇਹਦੇ ਵਿੱਚ ਟਮਾਟਰ ਐਡ ਕਰ ਦਿਓ ਅਤੇ ਨਾਲ ਹੀ ਬੰਦ ਗੋਭੀ ਐਡ ਕਰ ਦਿਓ। ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਅਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਐਡ ਕਰਾਂਗੇ। ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਰੈੱਡ ਚਿੱਲੀ ਸੌਸ ਅਤੇ ਇੱਕ ਵੱਡਾ ਚਮਚ ਸੋਏ ਸੌਸ ਐਡ ਕਰਾਂਗੇ। ਅਤੇ ਆਪਾਂ ਇਹਨੂੰ ਸਾਰੇ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੇਵਾਂਗੇ। ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਉਬਲੇ ਹੋਏ ਜਿਹੜੇ ਚਾਵਲ ਹੈ ਉਹ ਐਡ ਕਰ ਦੇਵਾਂਗੇ। ਚਾਵਲ ਹੈ ਜਿਹੜੇ ਤੁਸੀਂ, ਜੇ ਤੁਹਾਡੇ ਕੋਲ ਬਚੇ ਹੋਏ ਪਏ ਨੇ ਉਹ ਵੀ ਉਹਦੇ ਨਾਲ ਵੀ ਬਣਾ ਸਕਦੇ ਹੋ, ਨਹੀਂ ਤਾਂ ਤੁਸੀਂ ਪਹਿਲਾਂ ਚਾਵਲ ਨੂੰ ਅਲੱਗ ਬੋਇਲ ਕਰ ਲਓ। ਮੈਂ ਚਾਵਲ ਅਲੱਗ ਬੋਇਲ ਕਰਕੇ ਰੱਖੇ ਹੋਏ ਸੀ, ਹੁਣ ਆਪਾਂ ਉਹ ਵਾਲੇ ਜਿਹੜੇ ਚਾਵਲ ਹੈ ਵਿੱਚ ਐਡ ਕਰ ਦੇਵਾਂਗੇ। ਹੁਣ ਆਪਾਂ ਇਹਨੂੰ ਹਲਕੇ ਹੱਥਾਂ ਦੇ ਨਾਲ ਮਿਕਸ ਕਰਨਾ, ਆਪਾਂ ਜ਼ਿਆਦਾ ਜ਼ੋਰ ਨਾਲ ਜਾਂ ਵੱਡੀ ਖੜਛੀ ਦੇ ਨਾਲ ਇਹਨਾਂ ਨੂੰ ਮਿਕਸ ਨਹੀਂ ਕਰਨਾ, ਫਿਰ ਨਹੀਂ ਤਾਂ ਜਿਹੜੇ ਸਾਡੇ ਚਾਵਲ ਹੈ ਉਹ ਟੁੱਟ ਜਾਣਗੇ। ਸਬਜ਼ੀਆਂ ਜਿਹੜੀਆਂ ਸਾਰੀਆਂ ਮਿਕਸ ਹੋ ਗਈਆਂ ਚਾਵਲ ਦੇ ਵਿੱਚ, ਚਾਵਲ ਹੈ ਜਿਹੜੇ ਸਾਡੇ ਆਲਮੋਸਟ ਰੈਡੀ ਨੇ ਬਣ ਕੇ। ਹੁਣ ਮੈਂ ਇਹਨੂੰ ਸਪਰਿੰਗ ਅਨੀਅਨ ਦੇ ਨਾਲ, ਜਿਹੜੇ ਮੈਂ ਗ੍ਰੀਨ ਸਪਰਿੰਗ ਅਨੀਅਨ ਰੱਖੇ ਸੀ ਉਹਨਾਂ ਦੇ ਨਾਲ ਗਾਰਨਿਸ਼ ਕਰ ਦੇਵਾਂਗੀ। ਚਾਵਲ ਹੈ ਜਿਹੜੇ ਸਾਡੇ ਬਣ ਕੇ ਤਿਆਰ ਨੇ ਸਰਵ ਕਰਨ ਦੇ ਲਈ। ਤੁਸੀਂ ਵੀ ਆਪਣੇ ਘਰ ਵਿੱਚ ਜ਼ਰੂਰ ਬਣਾ ਕੇ ਟਰਾਈ ਕਰੋ। ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਲਾਈਕ ਕਰਿਓ, ਸ਼ੇਅਰ ਕਰ ਦਿਓ। ਜੇਕਰ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ।